ਮੈਂ ਸ਼ਹਿਰ ਵਾਲਿਆਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਕਹਿੰਦਾ ਸਾਨੂੰ ਕੰਮ ਕਰ ਲੈਣ ਦਿਓ, ਸੈਲਫੀਆਂ ਤੋਂ ਖਹਿੜਾ ਛੜਾ ਦਿਓ। ਅਸੀਂ ਲੱਗੇ ਪਿਆ ਉੱਥੇ ਮੋਟਰਸਾਈਕਲਾਂ 'ਤੇ ਜਾ ਕੇ, ਤੁਸੀਂ ਸੈਲਫੀਆਂ ਲੈ ਕੇ ਸਾਡੇ ਟਰੈਕਟਰ ਵੀ ਰੋਕਦੇ ਆ, ਸਾਨੂੰ ਡਿੱਕਾ ਵੀ ਲਾਉਣੇ ਆ। ਸੋ ਆਹ ਕੰਮ ਆਫਤ ਆਈ ਆ, ਸਾਨੂੰ ਕੰਮ ਕਰਨ ਦੀ ਲੋੜ ਆ। ਸੋ ਹੱਥ ਜੋੜ ਕੇ ਬੇਨਤੀ ਆ, ਜਿਹੜੇ ਆ ਸੈਲਫੀਆਂ ਲੈਣ ਆਉਂਦੇ ਆ, ਇਹ ਵੀ ਸਾਡਾ ਖੜਾ ਛੱਡ ਦਿਓ, ਮੋਟਰਸਾਈਕਲ ਪਾਸੇ ਕਰ ਲਓ, ਬੰਨੇ ਸਾਨੂੰ ਰੋਕ ਲੈਣ ਦਿਓ। ਦੂਜਾ, ਜਿਹੜੇ ਵੀ ਤਲਵੰਡੀ ਸਾਹਿਬ ਕੋਲ ਨੇੜੇ ਵਾਲੇ ਕੋਈ JCB ਵਾਲੇ ਆ, ਜ਼ਰੂਰ ਪਹੁੰਚਿਆ ਕਰੋ, ਬਹੁਤ ਵੱਡੀ ਆਫਤ ਆ। ਮੇਰੀ ਸਾਰੇ ਸਰਦੂਲਗੜ੍ਹ ਦੇ ਇਲਾਕੇ ਦੇ ਵਾਸੀਆਂ ਨੂੰ ਜਾਂ ਮਾਨਸਾ ਦੇ ਨੂੰ ਜਾਂ ਵੀ ਜਿਹੜਾ ਵੀ ਸਾਨੂੰ ਸੁਣ ਰਿਹਾ ਨੇੜੇ ਕੋਈ ਮੌੜਾਂ ਵਾਲੇ ਤਲਵੰਡੀ ਵਾਲੇ ਆ, ਸਾਡੀ ਬੇਨਤੀ ਆ ਕਿ ਸਰਦੂਲਗੜ੍ਹ ਦੇ ਕੋਲ ਬੰਨ ਟੁੱਟਿਆ ਹੁਣ ਰਾਤ ਦਾ 5 ਵਜੇ, ਜਿਹਦੇ ਜਿਹਦੇ ਕੋਲ JCB ਆ, ਅਸੀਂ ਕਿਰਾਇਆ ਦੇਣ ਨੂੰ ਵੀ ਤਿਆਰ ਹਾਂ, ਕਿਉਂਕਿ ਸਾਡੀਆਂ ਸਾਰੀਆਂ JCBਆਂ ਇੱਥੇ ਲੱਗੀਆਂ ਹੋਈਆਂ। ਮੈਂ ਖਾਸ ਕਰਕੇ ਤਲਵੰਡੀ ਸਾਹਿਬ ਇਲਾਕਾ ਮੌੜ ਵਾਲਿਆਂ ਨੂੰ ਬੇਨਤੀ ਕਰਦਾ, ਸਾਨੂੰ JCBਆਂ ਦਿੱਤੀਆਂ ਜਾਣ, ਕਿਰਾਇਆ ਵੀ ਦੇਵਾਂਗੇ, ਅਸੀਂ ਸਾਰਾ ਕੁਛ ਦੇਵਾਂਗੇ। ਜਿੱਥੇ ਵੀ JCB ਹੈਗੀ ਆ, ਜਿਹੜੇ ਵੀਰ ਕੋਈ JCB ਵਾਲੇ ਨੂੰ ਜਾਣਦੇ ਆ, ਜ਼ਰੂਰ ਭੇਜੋ, ਹੱਥ ਜੋੜ ਕੇ ਬੇਨਤੀ ਆ। ਦੂਜੀ, ਪਿੰਡ ਵਾਲਿਆਂ ਨੂੰ ਬੇਨਤੀ ਆ, ਦੇਖੋ ਸਰਦੂਲਗੜ੍ਹ ਸ਼ਹਿਰ 'ਚ ਪਾਣੀ ਜੇ ਵੜ ਗਿਆ, ਇੱਥੇ ਬਹੁਤ ਵੱਡਾ ਖਤਰਾ, ਕਿਉਂਕਿ ਬੰਨ ਦਾ ਪਾੜ ਬਹੁਤ ਵੱਡਾ ਪਿਆ ਗਾ, ਪਾਣੀ 26 ਫੁੱਟ 'ਤੇ ਹੋ ਗਿਆ ਸੀ। ਸੋ ਬੇਨਤੀ ਆ, ਜਿਹੜੇ ਕੋਈ ਟਰੈਕਟਰ ਟਰਾਲੀ 'ਤੇ, ਇੱਕ ਜਿਹੜਾ ਪੀਣ ਵਾਲਾ ਪਾਣੀ ਆ, ਇਕੱਲਾ ਕ ਪਿੱਛੇ ਪੀਣ ਵਾਲਾ ਪਾਣੀ ਦੇ ਜਿਹੜੇ ਹੈਗੇ ਆ ਸਾਡੇ ਕੈਂਟਰ ਪਾ ਕੇ, ਉਹ ਟੈਂਕਰ ਹੁੰਦਾ ਜਿਹੜਾ, ਉਹ ਪੀਣ ਵਾਲਾ ਪਾਣੀ ਵੀ ਜ਼ਰੂਰ ਉਪਲਬਧ ਕਰਾਓ ਸਾਨੂੰ, ਅਤੇ ਇੱਕ JCB, ਦੋਨਾਂ ਵਾਸਤੇ ਬੇਨਤੀ ਕਰਦਾ ਹੱਥ ਜੋੜ ਕੇ। ਦੂਜੀ ਬੇਨਤੀ ਆ ਕਿ ਮੈਂ ਸ਼ਹਿਰ ਵਾਲਿਆਂ ਨੂੰ, ਨੌਜਵਾਨਾਂ ਨੂੰ ਖਾਸ ਕਰਕੇ ਕਹਿੰਦਾ ਸਾਨੂੰ ਕੰਮ ਕਰ ਲੈਣ ਦਿਓ, ਸੈਲਫੀਆਂ ਤੋਂ ਖਹਿੜਾ ਛੜਾ ਦਿਓ। ਅਸੀਂ ਲੱਗੇ ਪਏ ਉੱਥੇ ਮੋਟਰਸਾਈਕਲਾਂ 'ਤੇ ਜਾ ਕੇ, ਤੁਸੀਂ ਸੈਲਫੀਆਂ ਲੈ ਕੇ ਸਾਡੇ ਟਰੈਕਟਰ ਵੀ ਰੋਕਦੇ ਆ, ਸਾਨੂੰ ਡਿੱਕਾ ਵੀ ਲਾਉਣੇ ਆ। ਸੋ ਆਹ ਕੰਮ ਆਫਤ ਆਈ ਆ, ਸਾਨੂੰ ਕੰਮ ਕਰਨ ਦੀ ਲੋੜ ਆ। ਸੋ ਹੱਥ ਜੋੜ ਕੇ ਬੇਨਤੀ ਆ, ਜਿਹੜੇ ਆ ਸੈਲਫੀਆਂ ਲੈਣ ਆਉਂਦੇ ਆ, ਇਹ ਵੀ ਸਾਡਾ ਖੜਾ ਛੱਡ ਦਿਓ, ਮੋਟਰਸਾਈਕਲ ਪਾਸੇ ਕਰ ਲਓ, ਬੰਨੇ ਸਾਨੂੰ ਰੋਕ ਲੈਣ ਦਿਓ। ਦੂਜਾ, ਜਿਹੜੇ ਵੀ ਤਲਵੰਡੀ ਸਾਹਿਬ ਕੋਲ ਨੇੜੇ ਵਾਲੇ ਕੋਈ JCB ਵਾਲੇ ਆ, ਜ਼ਰੂਰ ਪਹੁੰਚਿਆ ਕਰੋ, ਬਹੁਤ ਵੱਡੀ ਆਫਤ ਆ। ਸਤਿ ਸ਼੍ਰੀ ਅਕਾਲ ਜੀ।